ਅਨਹਦ ਤੈ ਨਾਦ ਅਤੇ ਉਸ ਥਾਂ 'ਤੇ ਇੱਕ ਉਹ ਸੰਗੀਤ ਜੋ ਵਜਾਉਣ ਤੋਂ ਬਿਨਾਂ ਵੱਜੀ ਜਾਂਦਾ ਹੈ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਵੀ ਔਰ ਸਾਡੇ ਸਰੀਰ ਦੇ ਵਿੱਚ ਵੀ ਉਹ ਵੱਜ ਰਿਹਾ ਨਿਰੰਤਰ ਲਗਾਤਾਰ। ਗੁਰਬਾਣੀ ਨੇ ਬਹੁਤ ਥਾਈਂ ਇਸ ਅਨਹਦ ਨਾਦ ਦਾ ਜ਼ਿਕਰ ਕੀਤਾ ਜਿਹੜਾ ਕਿ ਨਿਰੰਤਰ ਹੈ। ਉਹ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ, ਇਹ ਖਿਆਲ ਜ਼ਰੂਰ ਰੱਖ ਲੈਣਾ, ਕਿਉਂਕਿ ਬੜੇ ਭਰਮ ਪਾਉਣ ਲਈ ਬਹੁਤ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਵੈਸੇ ਚੇਲੇ ਇਕੱਠੇ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੰਦੇ। ਤੁਹਾਨੂੰ ਅੱਜ ਚਾਨਣ ਦਿਸੇਗਾ, ਅੱਜ ਤੁਹਾਨੂੰ ਆਹ ਸੁਣਿਆ ਜਾਏਗਾ। ਕੋਈ ਦੁਕਾਨ ਚੱਲੇ ਨਾ ਚੱਲੇ, ਪਰ ਸਾਧ ਸੰਗਤ ਜੀ ਪਖੰਡ ਦੀ ਦੁਕਾਨ ਚਲਾਉਣੀ ਹੋਵੇ ਤਾਂ ਕੋਈ ਔਖੀ ਨਹੀਂ ਹੈ। ਬਸ ਥੋੜ੍ਹਾ ਜਿਹਾ ਬੰਦਾ ਬੇਸ਼ਰਮ ਚਾਹੀਦਾ, ਝੂਠਾ ਚਾਹੀਦਾ, ਜੋ ਕਹੋ ਲੋਕ ਮੰਨਣ ਲੱਗ ਪੈਣਗੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਅਨਹਦ ਨਾਦ ਹੈ ਨਾ, ਇਹ ਇਹਨਾਂ ਕੰਨਾਂ ਨਾਲ ਨਹੀਂ ਸੁਣੀਦਾ ਹੁੰਦਾ, ਇਹ ਇੱਕ ਸੁਰਤ ਨਾਲ ਸੁਣਨ ਵਾਲੀ, ਰਸ ਲੈਣ ਵਾਲੀ ਅਵਸਥਾ, ਐਸਾ ਸੰਗੀਤ ਹੈ ਜਿਹੜਾ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ। ਧਿਆਨ ਦੁਆਰਾ ਮਨੁੱਖ ਉਹਨੂੰ ਸਿਰਫ ਮਾਣਦਾ ਹੈ, ਉਹਨੂੰ ਦੱਸਿਆ ਨਹੀਂ ਜਾ ਸਕਦਾ। ਹਾਂ, ਉਹਦਾ ਅਸਰ ਇਹਨਾਂ ਸਰੀਰਕ ਕੰਨਾਂ 'ਤੇ ਜ਼ਰੂਰ ਪੈਂਦਾ ਹੈ, ਔਰ ਪਹਿਲਾਂ ਉਹਦਾ ਜਿਹੜੀ ਆਵਾਜ਼ ਹੈ ਸਾਫ਼ ਕੰਨਾਂ ਨੂੰ ਵੀ ਸੁਣਾਈ ਦਿੰਦੀ ਹੈ, ਪਰ ਲਗਾਤਾਰ ਨਹੀਂ। ਉਹਦੇ ਤੋਂ ਬਾਅਦ ਉਹ ਕੰਨਾਂ ਵਿੱਚੋਂ ਗਾਇਬ ਹੋ ਕੇ ਮਨ ਤੱਕ ਚਲਾ ਜਾਂਦਾ। ਇਸ ਤਰ੍ਹਾਂ ਭਰਮ ਭੁਲੇਖਿਆਂ ਵਿੱਚ ਕਈ ਵਾਰੀ ਆਮ ਆਦਮੀ ਫਸ ਜਾਂਦਾ ਹੈ, ਉਹ ਕੰਨਾਂ ਦੀਆਂ ਆਪ ਕਲਪਿਤ ਕੀਤੀਆਂ ਹੋਈਆਂ ਆਵਾਜ਼ਾਂ ਵਿੱਚ ਫਸ ਕੇ ਉਹਨੂੰ ਅਨਹਦ ਨਾਦ ਸਮਝ ਲੈਂਦਾ, ਸਾਰੀ ਉਮਰ ਉਹਦੇ ਹੰਕਾਰ ਵਿੱਚ ਹੀ ਘੁੰਮਦਾ ਰਹਿੰਦਾ, ਜਿਹੜਾ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਅਨਹਦ ਨਾਦ ਉਹ ਹੈ ਜਿਹਦੀ ਇੱਕ ਤਾਂ ਹੱਦ ਕੋਈ ਨਹੀਂ, ਔਰ ਜਿਹੜਾ ਵਜਾਉਣਾ ਨਹੀਂ ਪੈਂਦਾ ਉਹਨੂੰ ਰੋਕਣਾ ਵੀ ਮੁਸ਼ਕਲ ਹੈ ਜਦੋਂ ਉਹ ਮਨੁੱਖ ਨੂੰ ਸੁਣਨਾ ਸ਼ੁਰੂ ਹੋ ਜਾਏ, ਕਿਉਂਕਿ ਉਹ ਪਹਿਲਾਂ ਹੀ ਚੱਲਦਾ ਸੀ। ਇਸ ਕਰਕੇ ਉਹ ਸੁਣਨ ਵਿੱਚ ਆਉਂਦਾ। ਸਤਿਗੁਰੂ ਕਹਿੰਦੇ ਸੁਣ ਸਮਾਦ ਅਨਹਤ ਤਹਿਨਾਦ, ਉਹਦੇ ਬਾਰੇ ਮਹਾਰਾਜ ਵਿਆਖਿਆ ਕਹਿੰਦੇ ਕਹਿਣ ਨਾ ਜਾਈ, ਉਹਨੂੰ ਕਿਹਾ ਨਹੀਂ ਜਾ ਸਕਦਾ। ਅਚਰਜ ਬਿਸਮਾਦ, ਹੈਰਾਨੀਜਨਕ ਉਹਦੇ ਵਿੱਚ ਸਵਾਦ ਹੈ, ਹੈਰਾਨ ਕਰ ਦੇਣ ਵਾਲਾ, ਅਚਰਜ ਕਰ ਦੇਣ ਵਾਲਾ। ਜਿਹੜਾ ਮਨੁੱਖ ਇਸ ਸਵਾਦ ਅਚਰਜ ਬਿਸਮਾਦ ਤੱਕ ਚਲਾ ਜਾਂਦਾ, ਉਹ ਮਨੁੱਖ ਵਾਸ਼ਨਾ ਦੀ ਕੜੀ ਨੂੰ ਪਾਰ ਕਰ ਸਕਦਾ, ਉਸ ਤੋਂ ਪਹਿਲਾਂ ਨਹੀਂ, ਕਿਉਂਕਿ ਉਹਨੂੰ ਇਸ ਤੋਂ ਵੱਡਾ ਰਸ ਜਿਹੜਾ ਇੱਥੋਂ ਪ੍ਰਾਪਤ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਤਿੰਨ ਦੇਖਿਆ ਜਿਸ ਆਪ ਦਿਖਾਏ। ਗੁਰਸਿੱਖੀ ਦੇ ਮਾਰਗ ਵਿੱਚ ਸਿੱਖ ਕਦੀ ਦਾਅਵਾ ਨਹੀਂ ਕਰਦਾ ਕਿ ਸਭ ਕੁਝ ਮੈਂ ਆਪ ਦੇਖਿਆ, ਮੈਂ ਆਪ ਇਹਨੂੰ ਮਿਹਨਤ ਕਰਕੇ ਪ੍ਰਾਪਤ ਕੀਤਾ। ਕਹਿੰਦੇ ਸਾਰਾ ਕੁਝ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਦੇਖਿਆ ਜਾ ਸਕਦਾ। ਤਿੰਨ ਦੇਖਿਆ ਜਿਸ ਆਪ ਦਿਖਾਏ। ਹਜ਼ੂਰ ਕਹਿੰਦੇ ਨਾਨਕ ਤਿਸ ਜਨ ਸੋਝੀ ਪਾਏ। ਇਸ ਤਰ੍ਹਾਂ ਕਹਿੰਦੇ ਮਨੁੱਖ ਨੂੰ ਸੋਝੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋਝੀ ਦਾ ਅਰਥ ਉਹਦੀ ਅੱਖ ਖੁੱਲ੍ਹ ਜਾਂਦੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਪਹਿਲੇ ਅੰਕ ਵਿੱਚ ਕਿਹਾ ਸੰਤ ਸੰਗ ਅੰਤਰ ਪ੍ਰਭ ਡੀਠਾ, ਦੂਸਰੇ ਵਿੱਚ ਹੁਣ ਗੱਲ ਨੂੰ ਥੋੜ੍ਹਾ ਜਿਹਾ ਅੱਗੇ ਵਧਾ ਦਿੱਤਾ, ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਕਿਉਂਕਿ ਜਿਹੜਾ ਅੰਦਰੋਂ ਦਿਸਿਆ ਉਹਨੇ ਬਾਹਰ ਵੀ ਜ਼ਰੂਰ ਦਿਸਣਾ ਹੈ। ਜਿਵੇਂ ਦੀਆਂ ਚੀਜ਼ਾਂ ਅਸੀਂ ਅੰਦਰੋਂ ਵੇਖਦੇ ਹਾਂ, ਜਿਵੇਂ ਦਾ ਅਸੀਂ ਅੰਦਰੋਂ ਮਾਣਦੇ ਹਾਂ, ਉਹ ਬਾਹਰੋਂ ਉਸੇ ਤਰ੍ਹਾਂ ਦਿਸਣਾ ਸ਼ੁਰੂ ਹੋ ਜਾਏਗਾ। ਜਿਵੇਂ ਦਾ ਅਸੀਂ ਬਾਹਰੋਂ ਵੇਖਣਾ, ਪਹਿਲਾਂ ਉਹਨੂੰ ਅੰਦਰੋਂ ਵੇਖੀਏ, ਨਹੀਂ ਤਾਂ ਜਾਲੀ ਹੋਵੇਗਾ ਬਾਹਰੋਂ ਵੇਖਣਾ। ਬੜੇ ਲੋਕ ਨੇ ਕਹਿੰਦੇ ਬਾਹਰੋਂ ਅਸੀਂ ਇਹ ਵੇਖਿਆ, ਸੁਪਨਿਆਂ ਦੀਆਂ ਗੱਲਾਂ ਕਰਦੇ ਨੇ, ਹੋਰ ਕਈ ਕੁਝ ਨੇ, ਉਹ ਬਾਹਰੋਂ ਵੇਖਿਆ ਅੰਦਰੋਂ ਪਹਿਲਾਂ ਵੇਖਿਆ ਨਹੀਂ। ਜਿਨ੍ਹਾਂ 'ਤੇ ਸਤਿਗੁਰੂ ਨੇ ਕਿਰਪਾ ਕੀਤੀ ਕਿ ਸੋ ਅੰਤਰ
ਗੁਰੂ ਦੇ ਦੱਸੇ ਮਾਰਗ 'ਤੇ ਤੁਰ ਕੇ ਪਹਿਲਾਂ ਆਪਣੇ ਮਨ ਵਿੱਚੋਂ ਵੇਖਿਆ ਅਤੇ ਜਿਹਨੂੰ ਮਨ ਵਿੱਚੋਂ ਵੇਖਿਆ ਸੀ ਉਹ ਬਾਹਰ ਵੀ ਦਿਸਣ ਲੱਗ ਪਿਆ ਆਪਣੇ ਆਪ। ਸੋ ਬਾਹਰ ਅਨੰਤ ਹਜ਼ੂਰ ਕਹਿੰਦੇ ਘੱਟ ਘੱਟ ਵਿਆਪ ਰਹਿਆ ਭਗਵੰਤ, ਹਰ ਇੱਕ ਸਰੀਰ ਦੇ ਵਿੱਚ ਉਹ ਵਿਆਪਿਆ ਹੋਇਆ ਹੈ, ਹਰ ਇੱਕ ਸਰੀਰ ਦੇ ਵਿੱਚ ਉਹਦੀ ਜੋਤ ਜਿਹੜੀ ਹੈ ਵਿਚਰ ਰਹੀ ਹੈ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਧਰਨ ਦੇ ਅਰਥ ਨੇ ਧਰਤੀ, ਆਕਾਸ਼ ਪਿਆਲ, ਜਿੱਧਰ ਵੀ ਉਹ ਵੇਖਦਾ ਹੈ। ਕਿਉਂਕਿ ਸਾਧ ਸੰਗਤ ਜਿਹੜੀਆਂ ਚੀਜ਼ਾਂ ਨੂੰ ਅਸੀਂ ਮਨ ਵਿੱਚੋਂ ਵੇਖਦੇ ਹਾਂ ਉਹ ਹੀ ਸਾਨੂੰ ਬਾਹਰੋਂ ਦਿਸਦੀਆਂ ਨੇ। ਤੁਸੀਂ ਭਗਤਾਂ ਦੇ ਜੀਵਨ ਵਿੱਚ ਵੇਖੋ, ਉਹ ਦੁਕਾਨ 'ਤੇ ਕੱਪੜੇ ਰੰਗਦੇ ਨੇ ਅਤੇ ਕੱਪੜਿਆਂ ਦੇ ਵਿੱਚੋਂ ਵੀ ਉਹਨਾਂ ਨੂੰ ਮੰਦਰ ਨਜ਼ਰ ਆਉਂਦਾ ਹੈ। ਭਗਤ ਨਾਮਦੇਵ ਜੀ ਦੇ ਸ਼ਬਦ ਨੇ ਕਿ ਰਾਂਗਣ ਰਾਂਗੋ ਸੀਵਣ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਨਾਮਦੇਵ ਨੂੰ ਦੁਕਾਨ 'ਤੇ ਵੀ ਪਰਮਾਤਮਾ ਦਿਸਦਾ ਹੈ। ਕਿਉਂ? ਜੋ ਅੰਤਰ ਸੋ ਬਾਹਰ ਅਨੰਤ, ਉਹ ਬਾਹਰ ਦਿਸੇਗਾ ਦਿਸੇਗਾ ਜੋ ਅੰਦਰ ਹੈ। ਜਿਹੜਾ ਇੱਕ ਸੰਸਾਰੀ ਮਨੁੱਖ ਹੈ ਉਹਨੂੰ ਗੁਰਦੁਆਰੇ ਵਿੱਚ ਵੀ ਸੰਸਾਰ ਹੀ ਦਿਸੇਗਾ। ਜਿਵੇਂ ਦਾ ਅਸੀਂ ਕੰਮ ਕਰਦੇ ਹਾਂ, ਜੇ ਕੋਈ ਕੱਪੜੇ ਦਾ ਕੰਮ ਕਰਦਾ ਉਹ ਗੁਰਦੁਆਰੇ ਆਵੇਗਾ, ਜੇ ਤਾਂ ਗੁਰਮੁਖ ਹੈ ਗੁਰਬਾਣੀ ਨਾਲ ਪਿਆਰ ਕਰਦਾ ਫਿਰ ਤਾਂ ਸੁਣੇਗਾ, ਅਤੇ ਜੇ ਕੱਪੜੇ ਦਾ ਕੰਮ ਕਰਦਾ ਸਾਧ ਸੰਗਤ ਜੀ ਉਹ ਮੈਟ ਵਹਿੰਦਾ ਰਹੇਗਾ, ਪੜਦੇ ਵੇਖਦਾ ਰਹੇਗਾ ਵੀ ਕਿਹੜੀ ਕੁਆਲਿਟੀ ਦੇ ਨੇ, ਕਿੰਨੇ ਦੇ ਮੀਟਰ ਆਉਂਦੇ ਹੋਣਗੇ। ਜੇ ਕੋਈ ਲਾਈਟ ਦਾ ਕੰਮ ਕਰਦਾ ਉਹ ਪੱਖਿਆਂ ਵੱਲ ਵੇਖੇਗਾ। ਜਿਵੇਂ ਦੇ ਕੰਮ ਵਿੱਚ ਮਨੁੱਖ ਅੰਦਰ ਪਿਆ ਹੋਇਆ, ਜਿਹੜੇ ਕਾਰਜ ਵਿੱਚ ਉਹ ਅੰਦਰ ਵਿਚਰਦਾ ਹੈ ਉਸੇ ਕਾਰਜ ਵਿੱਚ ਵੀ ਹੀ ਬਾਹਰ ਵਿਚਰਦਾ ਹੈ। ਜਿਵੇਂ ਦੀਆਂ ਭਾਵਨਾਵਾਂ ਸਾਡੇ ਮਨ ਦੇ ਵਿੱਚ ਫਿਰਦੀਆਂ ਨੇ, ਕੰਮ ਕਰਦੀਆਂ ਨੇ, ਅਸੀਂ ਸਾਰੇ ਲੋਕਾਂ ਵਿੱਚੋਂ ਉਹਨਾਂ ਨੂੰ ਵੇਖ ਲੈਂਦੇ ਹਾਂ ਵੀ ਉਹ ਵੀ ਇਸ ਤਰ੍ਹਾਂ ਹੀ ਸੋਚਦੇ ਹੋਣ। ਪਰ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਦਾ ਨਿਵਾਸ ਹੈ ਕਹਿੰਦੇ ਉਹ ਬਾਹਰ ਸਾਰੇ ਥਾਵਾਂ 'ਤੇ ਉਹਨੂੰ ਵੇਖ ਲੈਂਦੇ, ਦਰਸ਼ਨ ਕਰ ਲੈਂਦੇ। ਸੋ ਅੰਤਰ ਸੋ ਬਾਹਰ ਅਨੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਸਾਰੇ ਥਾਵਾਂ 'ਤੇ ਵਿਚਰ ਕੇ ਉਹ ਇੱਕ ਇੱਕ ਦੇ ਨਾਲ ਖੜਾ ਹੋ ਕੇ ਸਾਰਿਆਂ ਦੀ ਪਾਲਣਾ ਕਰ ਰਿਹਾ। ਹਜ਼ੂਰ ਕਹਿੰਦੇ ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਬੰਨ ਦਾ ਅਰਥ ਹੈ ਜੰਗਲ, ਤਿੰਨ ਦਾ ਅਰਥ ਹੈ ਸੁੱਕਾ ਘਾਹ। ਵੇਖੋ ਗੁਰੂ ਸਾਹਿਬ ਦੀ ਦ੍ਰਿਸ਼ਟੀ ਕਿੰਨੀ ਬਰੀਕੀ ਵਿੱਚ ਚਲੀ ਗਈ। ਤਿੰਨ, ਤਿੰਨ ਦਾ ਅਰਥ ਹੈ ਸੁੱਕਾ ਘਾਹ, ਨਹੀਂ ਤਾਂ ਅਸੀਂ ਕਹਾਂਗੇ ਵੀ ਹਰਾ ਘਾਹ ਅਤੇ ਉਹਦੇ ਵਿੱਚ ਤਾਂ ਜਿੰਦ ਹੈ, ਉਹਦੇ ਵਿੱਚ ਤਾਂ ਰੱਬ ਹੋ ਸਕਦਾ, ਪਰ ਜਿਹੜਾ ਘਾਹ ਸੁੱਕ ਗਿਆ ਉਹਦੇ ਵਿੱਚ ਕਿੱਥੋਂ। ਪਰ ਸਤਿਗੁਰੂ ਇੱਥੇ ਕਹਿੰਦੇ ਉਹਦੇ ਵਿੱਚ ਵੀ ਹੈ। ਆ ਜਾਪ ਸਾਹਿਬ ਦੇ ਆਰੰਭ ਵਿੱਚ ਸ਼ਬਦ ਆਉਂਦੇ ਨਾ ਜਿਹਦੇ ਵਿੱਚ ਸਤਿਗੁਰੂ ਪਰਮਾਤਮਾ ਦੇ ਉਹ ਰੂਪ ਕਹਿੰਦੇ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹੀ ਜਾਏ, ਕੋਟ ਇੰਦਰ ਇੰਦਰਾਨ ਸਭ ਸਹਾਨ ਕਨੀ ਜਾਏ। ਉਹਦੇ ਵਿੱਚ ਕਹਿੰਦੇ ਨੇ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤ੍ਰਿਣ ਦੇ ਅਰਥ ਨੇ ਸੁੱਕਾ ਘਾਹ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਸੁੱਕੇ ਘਾਹ 'ਤੇ ਜਦੋਂ ਪੈਰ ਰੱਖਦੇ ਹੋ ਨਾ, ਸੁੱਕੇ ਪੱਤੇ ਡਿੱਗੇ ਹੋਣ ਪਤਝੜ ਦੇ ਦਿਨਾਂ ਵਿੱਚ,
ਅਤੇ ਉਹਨਾਂ ਦੇ ਪੱਤਿਆਂ 'ਤੇ ਪੈਰ ਰੱਖੀਏ ਤਾਂ ਉਹ ਕੜਕ ਕਰਕੇ ਟੁੱਟਦੇ ਨੇ, ਉਹਨਾਂ ਵਿੱਚੋਂ ਸ਼ਬਦ ਉੱਠਦਾ, ਆਵਾਜ਼ ਆਉਂਦੀ। ਸਤਿਗੁਰੂ ਕਹਿੰਦੇ ਜਦੋਂ ਪੱਤੇ ਟੁੱਟਦੇ ਨੇ ਉਸ ਆਵਾਜ਼ ਵਿੱਚੋਂ ਵੀ ਉਹ ਬੋਲ ਰਿਹਾ ਹੈ। ਬਣ ਤ੍ਰਿਣ ਕਹਿਤ, ਜਿੰਨੇ ਬਣ ਦੇ ਸੁੱਕੇ ਪੱਤੇ ਨੇ ਉਹਦੇ ਵਿੱਚੋਂ ਵੀ ਉਹਦੀ ਆਵਾਜ਼, ਉਹਦੇ ਨਾਮ ਦਾ ਉਚਾਰਨ ਹੋ ਰਿਹਾ ਹੈ। ਇਹ ਵੇਖਣ ਦੀ ਬਿਰਤੀ, ਇਸ ਲਈ ਕਹਿੰਦੇ ਬਣ ਤਿੰਨ, ਤਿੰਨ ਦਾ ਅਰਥ ਹੈ ਸੁੱਕਾ ਘਾਹ, ਪਰਬਤ, ਪਰਬਤ ਦੇ ਅਰਥ ਨੇ ਪਹਾੜ, ਹੈ ਪਾਰ ਬ੍ਰਹਮ, ਉਹਨਾਂ ਦੇ ਵਿੱਚ ਵੀ ਪਾਰ ਬ੍ਰਹਮ ਸਮਾਇਆ ਹੋਇਆ। ਜੈਸੀ ਆਗਿਆ, ਜਿਵੇਂ ਦੀ ਆਗਿਆ ਕਰਦਾ, ਇਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਕਰ ਰਹੀਆਂ ਨੇ। ਇੱਕ ਮਨੁੱਖ ਨੂੰ ਛੱਡ ਕੇ ਸਿਰਫ ਮਨੁੱਖਾ ਜਾਤੀ ਜਿਹਨੂੰ ਮਨ ਮਿਲਿਆ ਹੈ, ਜਿਹਨੂੰ ਬੁੱਧੀ ਮਿਲੀ ਹੈ, ਬਾਕੀ ਚੀਜ਼ਾਂ ਉਹਦੇ ਹੁਕਮ ਦੇ ਵਿੱਚ ਹੀ ਰਹਿਣਗੀਆਂ, ਆਗਿਆ ਵਿੱਚ, ਉਹਦੇ ਤੋਂ ਬਾਹਰ ਨਹੀਂ ਜਾ ਸਕਦੀਆਂ। ਇਹਦੇ ਕੋਲ ਬੁੱਧੀ ਹੈ, ਇਹ ਆਗਿਆ ਵਿੱਚ ਸਾਰਾ ਬ੍ਰਹਿਮੰਡ ਚੱਲ ਰਿਹਾ। ਹਜ਼ੂਰ ਕਹਿੰਦੇ ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ। ਆਹ ਜਿੰਨੀ ਪੌਣ ਵਹਿ ਰਹੀ ਹੈ, ਜਿੰਨਾ ਪਾਣੀ ਸਮੁੰਦਰ ਵਿੱਚ ਅਤੇ ਦਰਿਆਵਾਂ ਵਿੱਚ ਵਗਦਾ, ਜਿੰਨੀ ਬੈਸੰਤਰ ਅਗਨੀ ਹੈ, ਇਹਨਾਂ ਦੇ ਅੰਦਰ ਵੀ ਉਹਦੀ ਜੋਤ ਕੰਮ ਕਰ ਰਹੀ ਹੈ, ਇਹਨਾਂ ਨੂੰ ਵੀ ਉਹ ਪ੍ਰਜਵਲਿਤ ਕਰ ਰਿਹਾ, ਜਿੰਦਾ ਰੱਖ ਰਿਹਾ, ਅਤੇ ਚੌਵਾਂ ਪਾਸੇ ਦਸਾਂ ਹੀ ਦਿਸ਼ਾਵਾਂ ਵਿੱਚ ਉਹਦੀ ਜੋਤ ਪਸਰੀ ਹੋਈ ਹੈ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਜਿਨ੍ਹਾਂ ਨੇ ਗੁਰੂ ਤੋਂ ਗਿਆਨ ਦਾ ਸੁਰਮਾ ਲੈ ਲਿਆ, ਗੁਰੂ ਪ੍ਰਸਾਦ, ਗੁਰੂ ਕਿਰਪਾ ਪ੍ਰਾਪਤ ਕਰ ਲਈ, ਉਹ ਇਹ ਦਸ਼ਾ ਨੂੰ ਵੇਖ ਸਕਦੇ ਨੇ, ਦੂਜਿਆਂ ਦੇ ਵੇਖਣ ਵਿੱਚ ਨਹੀਂ ਆਉਂਦੀ, ਉਹਨਾਂ ਨੂੰ ਇਹ ਦ੍ਰਿਸ਼ਟੀ ਮਿਲ ਜਾਂਦੀ ਹੈ, ਇਹ ਅੱਖ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਵੇਦ ਪੁਰਾਣ ਸਿਮਰਤ ਮੈਂ ਦੇਖ, ਸਸਿਅਰ ਸੂਰ ਨਖਿਅਤਰ ਮੈਂ ਏਕ। ਹੁਣ ਵੇਦਾਂ ਦੇ ਵਿੱਚੋਂ, ਪੁਰਾਣਾਂ ਵਿੱਚੋਂ, ਸਿਮਰਤੀਆਂ ਵਿੱਚੋਂ, ਸਾਰਿਆਂ ਵਿੱਚੋਂ ਉਹਦੇ ਦਰਸ਼ਨ ਕਰਨ। ਭਗਤ ਕਬੀਰ ਜੀ ਦਾ ਇੱਕ ਬਚਨ ਆਉਂਦਾ, ਕਿਉਂਕਿ ਉਹਨਾਂ ਕੋਲ ਬੜੇ ਵੇਦ ਸ਼ਾਸਤਰੀ, ਉਹ ਰਹਿੰਦੇ ਸਨ ਕਾਂਸ਼ੀ ਵਿੱਚ, ਬਨਾਰਸ ਵਿੱਚ, ਅਤੇ ਉਹ ਉਸ ਸਮੇਂ ਯੂਨੀਵਰਸਿਟੀ ਸੀ ਵਿੱਦਿਆ ਦੀ, ਬੜੇ ਬੜੇ ਵਿਦਵਾਨ ਵੀ ਉਹਨਾਂ ਕੋਲ ਆਏ। ਜਦੋਂ ਕਬੀਰ ਸਾਹਿਬ ਦੀ ਚੌਵਾਂ ਪਾਸੇ ਗੱਲ ਫੈਲੀ ਨਾ, ਮਿਲਣ ਵਾਸਤੇ ਆਏ, ਅਤੇ ਕਬੀਰ ਸਾਹਿਬ ਨੇ ਉਹਨਾਂ ਚੀਜ਼ਾਂ ਦੇ ਅਰਥ ਕਰ ਦਿੱਤੇ ਜਿਹੜੀਆਂ ਵੇਦਾਂ ਵਿੱਚ ਕਈ ਸਮੇਂ ਤੋਂ ਪਈਆਂ ਸਨ, ਬ੍ਰਾਹਮਣਾਂ ਤੋਂ ਉਹਦੇ ਅਰਥ ਨਹੀਂ ਸਨ ਹੋਏ, ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਕੀ ਲਿਖਿਆ। ਉਹ ਬੜੇ ਹੈਰਾਨ ਹੋਏ, ਮਿਲਣ ਵਾਸਤੇ ਆਉਂਦੇ ਰਹੇ, ਤਾਂ ਜਿਸ ਵੇਲੇ ਉਹ ਮਿਲਣ ਆਉਂਦੇ ਸਨ ਤਾਂ ਉਹ ਕਬੀਰ ਸਾਹਿਬ ਕਹਿੰਦੇ ਵੀ ਤੁਹਾਡੇ ਵੇਦ ਵਿੱਚੋਂ ਤੁਹਾਨੂੰ ਰੱਬ ਦਿਸਦਾ? ਕਹਿੰਦੇ ਜੀ ਰੱਬ ਤਾਂ ਕੋਈ ਨਹੀਂ ਦਿਸਿਆ, ਅਸੀਂ ਤੈਨੂੰ ਵਿੱਦਿਆ ਹੀ ਸਮਝਦੇ ਹਾਂ। ਹੁਣ ਇੱਕ ਆਦਮੀ ਜਿਹੜੀ ਅੱਖ ਨਾਲ ਗੁਰੂ ਨੂੰ ਵੇਖ ਰਿਹਾ ਨਾ, ਜਾਂ ਗਿਆਨ ਨੂੰ, ਉਹਨੂੰ ਉਵੇਂ ਦਿਸੇਗਾ। ਜੇ ਅਸੀਂ ਖੁਦ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਜਿਹੜਾ ਕਵਿਤਾ ਹੈ, ਅਸੀਂ ਕਹਿੰਦੇ PhD ਕਰਕੇ ਗੁਰੂ ਗ੍ਰੰਥ ਸਾਹਿਬ ਦਾ ਅੰਤ ਪਾ ਲਾਂਗੇ, ਅੰਤ ਨਹੀਂ, PhD ਕਰ ਲੈਣੀ ਚਾਹੀਦੀ, ਉਹਦੇ ਵਿੱਚ ਗਲਤ ਨਹੀਂ, ਪਰ ਇਹ ਮੰਨਣਾ ਗਲਤ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਸਾਡੇ ਹੱਥਾਂ ਵਿੱਚ ਆ ਜਾਏਗਾ, ਸਮਝ ਨਹੀਂ ਆਏਗੀ, ਕੁਝ ਹਿੱਸਾ ਅਸੀਂ ਸਮਝ ਸਕਦੇ। ਉਹ ਜਿਹੜੇ ਬ੍ਰਾਹਮਣ ਆਉਂਦੇ ਸਨ ਅਤੇ ਕਬੀਰ ਸਾਹਿਬ ਕਹਿੰਦੇ ਵੀ ਤੁਹਾਡੇ ਵੇਦਾਂ ਵਿੱਚੋਂ ਤੁਹਾਨੂੰ ਰੱਬ ਨਹੀਂ ਦਿਸਦਾ ਪਰ ਸਾਨੂੰ ਦਿਸਦਾ, ਕਿਉਂਕਿ ਜਦੋਂ ਅੰਦਰੋਂ ਦਿਸਿਆ ਉਹਨੂੰ ਵੇਦ ਵਿੱਚੋਂ ਵੀ ਦਿਸੇਗਾ, ਉਹਨੂੰ ਸਾਰੀਆਂ ਚੀਜ਼ਾਂ ਵਿੱਚੋਂ ਨਜ਼ਰ ਆਏਗਾ। ਜਿਹੜੇ ਆਪਣੇ ਅੰਦਰੋਂ ਨਹੀਂ ਵੇਖ ਸਕੇ, ਉਹਨਾਂ ਦੇ ਵੇਦ ਵੀ ਫਿੱਕੇ, ਪੁਰਾਣ ਵੀ, ਸਾਰੀਆਂ ਚੀਜ਼ਾਂ, ਪਾਠ ਵੀ ਫਿੱਕੇ ਰਹਿ ਗਏ। ਉਹਨਾਂ ਦਾ ਇੱਕ ਸ਼ਬਦ ਆਉਂਦਾ ਬਸੰਤ ਰਾਗ ਵਿੱਚ,
ਜਿਹਦੇ ਵਿੱਚ ਕਹਿੰਦੇ ਨੇ ਮੌਲੀ ਧਰਤੀ, ਮੌਲੀ ਦਾ ਅਰਥ ਖਿੜੀ ਹੋਈ, ਜਿਹਦਾ ਅੰਦਰ ਖਿੜ ਗਿਆ ਉਹਦੇ ਵਾਸਤੇ ਧਰਤੀ ਵੀ ਖਿੜੀ ਹੋਈ ਹੈ। ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼। ਇਹਦੇ ਤੋਂ ਅੱਗੇ ਕਹਿੰਦੇ ਦੁਤੀਆ ਮੌਲੇ ਚਾਰ ਵੇਦ, ਚਾਰੇ ਵੇਦ ਵੀ ਕਹਿੰਦੇ ਖਿੜੇ ਹੋਏ ਨੇ। ਸਿਮਰਤ ਮੌਲੀ ਸਿਉਂ ਕਤੇਬ, 27 ਸਿਮਰਤੀਆਂ ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਬੰਦਾ ਅੰਦਰੋਂ ਕਈ ਵਾਰੀ ਕ੍ਰੋਧਿਤ ਹੋ ਜਾਂਦਾ ਜ਼ਿਆਦਾ ਪੜ੍ਹਾਈ ਕਰਨ ਕਰਕੇ। ਵਿੱਦਿਆ ਜਿਹੜੀ ਬਹੁਤੀ ਹੈ ਨਾ, ਜੇ ਸਾਧ ਸੰਗਤ ਜੀ ਅੰਦਰ ਗੁਰੂ ਕਾ ਪਿਆਰ ਨਾ ਹੋਵੇ ਤਾਂ ਵਿੱਦਿਆ ਬੰਦੇ ਨੂੰ ਕ੍ਰੋਧੀ ਵੀ ਕਰ ਦਿੰਦੀ ਬਹੁਤਾ ਪੜ੍ਹ ਪੜ੍ਹ ਕੇ। ਪਰ ਉਹ ਕਹਿੰਦੇ ਵੀ ਸਿਮਰਤ ਮੌਲੀ ਸਿਉਂ ਕਤੇਬ, ਸਿਮਰਤੀਆਂ ਦੇ ਵਿੱਚੋਂ ਵੀ ਉਹਦੇ ਦੀਦਾਰ ਕਰ ਰਹੇ ਨੇ। ਇਸੇ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਕਹਿੰਦੇ ਵੇਦ ਪੁਰਾਣ ਸਿਮਰਤ ਮੈਂ ਦੇਖ, ਉਹਨਾਂ ਵਿੱਚੋਂ ਵੀ ਤੂੰ ਦੇਖ ਸਕਦਾ, ਪਰ ਜੇ ਤੈਨੂੰ ਅੰਦਰੋਂ ਦਿਸਿਆ ਉਹਨਾਂ ਕਰਕੇ ਨਹੀਂ ਤੈਨੂੰ ਦਿਸਣਾ, ਤੇਰੇ ਅੰਦਰ ਕਰਕੇ ਦਿਸਣਾ। ਫਿਰ ਕਹਿੰਦੇ ਸਸੀਅਰ ਸੂਰ ਨਖਿਅਤਰ ਮੈਂ ਏਕ, ਸਸੀਅਰ ਸੂਰ ਚੰਦਰਮਾ ਅਤੇ ਸੂਰਜ ਵਿੱਚ, ਅਤੇ ਨਖਿਅਤਰ ਤਾਰਿਆਂ ਵਿੱਚ ਵੀ ਉਹ ਨਜ਼ਰ ਆਉਂਦਾ। ਹੁਣ ਕਈ ਸੱਜਣ ਕਹਿੰਦੇ ਵੀ ਵਿਦੇਸ਼ ਵਿੱਚ ਮਿਲੇ, ਕਹਿੰਦੇ ਜਾਪ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਹੈ, ਕਈ ਸਾਲਾਂ ਤੋਂ ਪੜ੍ਹਦੇ ਸਨ, ਕਹਿੰਦੇ ਪੜ੍ਹੀ ਦੀ ਹੈ, ਸ਼ੰਕਾ ਜਾ ਪੈ ਗਿਆ। ਮੈਂ ਕਿਹਾ ਵੀ ਸ਼ੰਕਾ ਤਾਂ ਪੈਣੀ, ਕੋਈ ਸੱਜਣ ਆਇਆ ਹੋਣਾ ਸ਼ੰਕਿਆਂ ਦਾ ਝੋਲਾ ਭਰ ਕੇ ਜੋ ਖਿਲਾਰ ਗਿਆ ਤੁਹਾਡੇ ਕੋਲ ਸ਼ੰਕੇ ਇੱਥੇ। ਮੈਂ ਕਿਹਾ ਸ਼ੰਕਾ ਕਾਹਦਾ ਪੈ ਗਿਆ? ਕਹਿੰਦੇ ਉਹਦੇ ਵਿੱਚ ਆਇਆ ਵੀ ਨਮੋ ਸੂਰਜ ਸੂਰਜੇ, ਸਾਨੂੰ ਕਿਸੇ ਨੇ ਕਹਿ ਦਿੱਤਾ, ਪੜ੍ਹਦੇ ਆਏ ਸਾਂ 20 ਸਾਲਾਂ ਤੋਂ, ਹੁਣ ਪੜ੍ਹੀ ਦੀ ਹੈ ਪਰ ਫਿੱਕਾ ਜਿਹਾ ਲੱਗਦਾ ਵੀ ਇਹ ਕਿਸੇ ਬ੍ਰਾਹਮਣ ਨੇ ਲਿਖੀ ਹੈ। ਮੈਂ ਕਿਹਾ ਦੱਸੋ ਕਿੱਥੇ ਸ਼ੰਕਾ ਪੈ ਗਿਆ? ਕਹਿੰਦੇ ਸੂਰਜ ਨੂੰ ਨਮਸਕਾਰ ਕੀਤੀ ਜਾਪ ਸਾਹਿਬ ਵਿੱਚ। ਸੂਰਜ ਨੂੰ ਕਿਉਂ? ਗੁਰੂ ਸਾਹਿਬ ਅਤੇ ਰੱਬ ਨੂੰ ਨਮਸਕਾਰ ਕਰਦੇ। ਕਹਿੰਦੇ ਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਮਿਲਦੀ। ਮੈਂ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੀ ਕੋਈ ਨਹੀਂ, ਜੇ ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਜਾਪ ਸਾਹਿਬ ਦੀ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਨਾਲ ਮਿਲਦੀ। ਕਹਿੰਦੇ ਇਹਦੇ ਕੋਈ ਅਰਥ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨਮੋ ਸੂਰਜ ਸੂਰਜ, ਮੈਂ ਕਿਹਾ ਸੂਰਜ ਨੂੰ ਨਮਸਕਾਰ ਨਹੀਂ ਕਰਦੇ। ਤੁਸੀਂ ਆਹ ਸੁਖਮਣੀ ਸਾਹਿਬ ਦੀ ਤੁਕ ਪੜ੍ਹ ਕੇ ਵੇਖੋ, ਸਸੀਅਰ ਸੂਰ ਨਖੱਤਰ ਮੈਂ ਏਕ, ਸੂਰਜ ਚੰਦਰਮਾ ਅਤੇ ਤਾਰਿਆਂ ਦੇ ਵਿੱਚ ਇੱਕੋ ਹੀ ਚਮਕ ਰਿਹਾ। ਗੁਰੂ ਗੋਬਿੰਦ ਸਿੰਘ ਉਸ ਇੱਕ ਨੂੰ ਨਮਸਕਾਰ ਕਰਦੇ ਨੇ, ਨਾ ਚੰਦਰਮਾ ਨੂੰ ਨਮਸਕਾਰ ਨਾ ਸੂਰਜ ਨੂੰ ਨਮਸਕਾਰ ਕਰਦੇ। ਉਹਦੇ ਵਿੱਚੋਂ ਜਿਹੜੀ ਰੋਸ਼ਨੀ ਆ ਰਹੀ ਉਹ ਇੱਕ ਦੀ ਹੈ, ਉਹ ਇੱਕ ਸਮਾਇਆ ਹੋਇਆ ਉਹਨੂੰ ਕਰ ਰਹੇ ਨੇ। ਸਾਧ ਸੰਗਤ ਜੀ ਸੱਚਾਈ ਇਹ ਹੈ, ਜਿਸ ਬੰਦੇ ਨੂੰ ਪੰਜ ਬਾਣੀਆਂ ਅਤੇ ਅੰਮ੍ਰਿਤ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਤੇ ਸ਼ੰਕਾ ਉੱਠਦਾ ਨਾ, ਸੱਚਾਈ ਇਹ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਕੋਈ ਨਹੀਂ ਜੇ ਪੜ੍ਹਿਆ। ਜਿਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੋਵੇ ਉਹਨੂੰ ਪਤਾ ਲੱਗ ਜਾਏਗਾ ਵੀ ਉਹਦਾ ਵਿਸਤਾਰ ਕੀਤਾ ਗਿਆ। ਸ਼ੰਕੇ ਦੇ ਅਰਥ ਹੀ ਇਹ ਨੇ ਕਿ ਉਹ ਕਿਸੇ ਦੇ ਕਹਿ ਕਹਾਏ 'ਤੇ ਸਵਾਲ ਕਰ ਰਿਹਾ। ਸਵਾਲ ਕਰਨੇ ਚੰਗੇ ਨੇ, ਸਵਾਲ ਕਰਨੇ ਚਾਹੀਦੇ ਨੇ, ਮਾੜੇ ਨਹੀਂ। ਪਰ ਇੱਕ ਖਿਆਲ ਰੱਖੋ, ਜਦੋਂ ਤੁਸੀਂ ਸਵਾਲ ਕਰਦੇ ਹੋ ਫੋਨ 'ਤੇ ਜਾਂ ਕਿਤੇ ਵੀ, ਪਹਿਲਾਂ ਇਹ ਤੈਅ ਕਰ ਲਓ ਵੀ ਇਹ ਸਵਾਲ ਤੁਹਾਡਾ ਆਪਣਾ ਜਾਂ ਤੁਹਾਡੇ ਕੰਨਾਂ ਵਿੱਚ ਕਿਸੇ ਹੋਰ ਨੇ ਭਰਿਆ ਹੋਇਆ। ਘੱਟੋ ਘੱਟ ਬੰਦਾ ਸਵਾਲ 'ਤੇ ਆਪਣਾ ਪੈਦਾ ਕਰੇ। ਅਸੀਂ ਕਿੰਨੇ ਬੁੱਝਦਿਲ ਹੋ ਗਏ ਹਾਂ ਵੀ ਅਸੀਂ ਆਪਣਾ ਸਵਾਲ ਵੀ ਸਾਡਾ ਆਪਣਾ ਕੋਈ ਨਹੀਂ, ਉਹ ਵੀ ਬਾਹਰੋਂ ਉਧਾਰਾ ਲੈਂਦੇ ਹਾਂ। ਇੱਕ ਬੰਦਾ ਹੁੰਦਾ ਸਾਡੇ ਕੋਲ, ਉਹ ਸਾਡੇ ਕੰਨ ਵਿੱਚ ਫੂਕ ਮਾਰ ਜਾਂਦਾ ਵੀ ਆਹ ਸਵਾਲ ਪੁੱਛੋ, ਅਤੇ ਉਹਨੂੰ ਕਹੋ ਤੂੰ ਸਿੱਧਾ ਪੁੱਛ ਲੈ, ਤੇਰੇ ਕੋਲ ਕਿਹੜਾ ਰਸਨਾ ਨਹੀਂ ਹੈ। ਉਹਨੂੰ ਪਤਾ ਵੀ ਨਹੀਂ ਪੁੱਛਿਆ ਜਾਣਾ ਸਿੱਧਾ। ਇਸ ਕਰਕੇ ਇਹ ਜਿਹੜੇ ਸਵਾਲ ਨੇ, ਸਵਾਲ ਕਰਨੇ ਚਾਹੀਦੇ, ਪਰ ਜਿਹੜੇ ਆਪਣੇ ਮਨ ਵਿੱਚ ਸ਼ੰਕੇ ਉੱਠਣ ਉਹ ਕਰ ਲੈਣੇ ਚਾਹੀਦੇ। ਸੁਣੇ ਸੁਣਾਏ ਸਵਾਲ ਨਹੀਂ ਕਰਨੇ ਚਾਹੀਦੇ ਕਿਸੇ ਤੋਂ।
ਜਿਹੜਾ ਸਾਨੂੰ ਕਹੇ ਵੀ ਇਹ ਸਵਾਲ ਬਾਰੇ ਤੁਸੀਂ ਅੱਗੇ ਪੁੱਛੋ, ਉਹਨੂੰ ਕਹੋ ਵੀ ਤੂੰ ਆਪ ਪੁੱਛ ਲੈ, ਅਸੀਂ ਉਹੀ ਪੁੱਛਾਂਗੇ ਜੋ ਸਾਡੇ ਮਨ ਵਿੱਚ ਸ਼ੰਕਾ ਹੈਗਾ। ਇਸ ਕਰਕੇ ਇਹਦੇ ਵਿੱਚ ਸਸੀਅਰ ਸੂਰ ਨਿਖੇਤਰ ਮੈਂ ਏਕ, ਸਾਰਿਆਂ ਵਿੱਚ ਇੱਕ ਨੂੰ ਗੁਰੂ ਗੋਬਿੰਦ ਸਿੰਘ ਵਹਿੰਦੇ ਹਨ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਕਹਿੰਦੇ ਇਹਨਾਂ ਸਾਰਿਆਂ ਵਿੱਚ ਇੱਕ ਹੈ। ਫਿਰ ਕਹਿੰਦੇ ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂੰ ਡੋਲੈ। ਅਕਾਲ ਪੁਰਖ ਦੀ ਬਾਣੀ ਸਾਰਿਆਂ ਦੇ ਵਿੱਚੋਂ ਉਹਦੀ ਆਵਾਜ਼ ਆ ਰਹੀ ਹੈ, ਸਾਰਿਆਂ ਵਿੱਚ ਉਹ ਸੁਣੀਦਾ ਹੈ, ਉਹ ਆਪ ਅਡੋਲ ਹੈ, ਕਦੀ ਡੋਲਦਾ ਨਹੀਂ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ। ਸਾਰੀ ਪ੍ਰਕਾਰ ਦੀ ਉਹਦੇ ਅੰਦਰ ਕਲਾ ਹੈ, ਸਾਰੀ ਪ੍ਰਕਾਰ ਦੀ ਉਹਦੇ ਅੰਦਰ ਸ਼ਕਤੀ ਹੈ, ਔਰ ਇਸ ਜਗਤ ਦੇ ਵਿੱਚ ਸਾਰੀ ਪ੍ਰਕਾਰ ਦੇ ਖੇਡ ਉਹ ਖੇਡ ਰਿਹਾ ਹੈ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਤੇ ਉਹਦੇ ਗੁਣਾਂ ਦਾ ਕੋਈ ਵੀ ਮੁੱਲ ਨਹੀਂ ਹੈ। ਸਰਬ ਜੋਤ ਮੈਂ ਜਾਂ ਕੀ ਜੋਤ, ਸਰਬ ਜੋਤ ਆ ਜਿੰਨੀਆਂ ਜੋਤਾਂ ਨੇ, ਜਿੰਨੇ ਸਰੀਰ ਨੇ, ਜਿੰਨੀਆਂ ਆਤਮਾਵਾਂ ਨੇ, ਇਹਨਾਂ ਸਾਰਿਆਂ ਦੇ ਵਿੱਚ ਉਹਦੀ ਜੋਤ ਕੰਮ ਕਰ ਰਹੀ। ਵੱਡੀ ਪਾਵਰ ਹੈ ਜੋ ਸਾਡੇ ਸਾਰਿਆਂ ਵਿੱਚ ਪਾਵਰ ਦੀ ਸਪਲਾਈ ਕਰ ਰਿਹਾ, ਸ਼ਕਤੀ ਦੇ ਰਿਹਾ। ਹਜ਼ੂਰ ਕਹਿੰਦੇ ਧਾਰ ਰਹੇ ਉਹ ਸਵਾਮੀ ਓਤ ਪੋਤ, ਇਹਨਾਂ ਸਾਰਿਆਂ ਦੇ ਵਿੱਚ ਉਹ ਸਵਾਮੀ ਆਧਾਰ ਬਣ ਕੇ ਓਤ ਪ੍ਰੋਤ ਪਰੋਇਆ ਹੋਇਆ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਇੱਕ ਅਕਾਲ ਪੁਰਖ ਵਾਹਿਗੁਰੂ। ਪਰ ਇਹ ਉੱਪਰ ਵਾਲਾ ਜਿੰਨਾ ਜੋ ਆਪਾਂ ਪਹਿਲਾਂ ਵਿਚਾਰਿਆ, ਇਹ ਕਿਹਨਾਂ ਨੂੰ ਸਮਝ ਵਿੱਚ ਆਏਗਾ? ਹਜ਼ੂਰ ਕਹਿੰਦੇ ਗੁਰ ਪ੍ਰਸਾਦ ਭਰਮ ਕਾ ਨਾਸ਼, ਦੂਜਿਆਂ ਦੀ ਸਮਝ ਵਿੱਚ ਨਹੀਂ। ਜਿਨ੍ਹਾਂ ਦੇ ਭਰਮ ਦਾ ਨਾਸ਼ ਹੋ ਗਿਆ, ਅਗਿਆਨ ਅੰਧੇਰ ਵਿਨਾਸ਼ ਹੋ ਗਿਆ, ਇਹ ਸਿਰਫ ਉਹਨਾਂ ਦਾ ਵਿਸ਼ਾ, ਦੂਸਰਿਆਂ ਦਾ ਵਿਸ਼ਾ ਨਹੀਂ। ਗੁਰਪ੍ਰਸਾਦ ਭਰਮ ਕਾ ਨਾਸ਼, ਨਾਨਕ ਤਿੰਨ ਮਹਿ ਇਹੋ ਵਿਸ਼ਵਾਸ। ਵਿਸ਼ਵਾਸ ਸ਼ਬਦ ਫਿਰ ਆਇਆ, ਉਹਨਾਂ ਦੇ ਮਨ ਵਿੱਚ ਇਹ ਵਿਸ਼ਵਾਸ ਹੈ, ਇਹ ਗਹਿਰਾਈ ਹੈ, ਉਹ ਵਿਸ਼ਵਾਸ ਵਿੱਚ ਹਨ। ਨਾਨਕ ਤਿੰਨ ਮਹਿ ਇਹੋ ਵਿਸ਼ਵਾਸ। ਹਜ਼ੂਰ ਕਹਿੰਦੇ ਸੰਤ ਜਨਾ ਕਾ ਪੇਖਨ ਸਭ ਬ੍ਰਹਮ। ਪ੍ਰਭੂ ਦੇ ਜਿਹੜੇ ਪਿਆਰੇ ਹਨ, ਜਦੋਂ ਵੇਖਦੇ ਹਨ ਕਿਸੇ ਪਾਸੇ, ਉਹਨਾਂ ਦੀ ਨਜ਼ਰ ਵਿੱਚ ਸਭ ਬ੍ਰਹਮ ਹੀ ਹੈ, ਪਰਮਾਤਮਾ ਹੀ ਹੈ। ਸੰਤ ਜਨਾ ਕਹਿ ਹਿਰਦੈ ਸਭ ਧਰਮ, ਸਾਰਾ ਧਰਮ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਸਦੀਵ ਕਾਲ ਵਾਸਤੇ ਨਿਵਾਸ ਕਰਦਾ ਹੈ। ਸੰਤ ਜਨਾ ਸੁਣੈ ਹੈ ਸ਼ੁਭ ਬਚਨ, ਜਿਹੜੇ ਸੰਤ ਜਨ ਹਨ ਉਹਨਾਂ ਦੇ ਕੰਨਾਂ ਵਿੱਚ ਜੋ ਵੀ ਪੈਂਦਾ ਉਹ ਸ਼ੁਭ ਹੋ ਜਾਂਦਾ, ਵਚਨ ਜੋ ਵੀ ਉਹਨਾਂ ਦੇ ਕੰਨਾਂ ਤੱਕ ਜਾਏ ਅੰਮ੍ਰਿਤ ਬਣ ਜਾਂਦਾ ਹੈ। ਸਰਬ ਵਿਆਪੀ ਰਾਮ ਸੰਗ ਰਚਨ, ਉਹਨਾਂ ਨੂੰ ਇਹ ਸਾਰੀ ਸ੍ਰਿਸ਼ਟੀ ਜਿਹਦੇ ਵਿੱਚ ਅਕਾਲ ਪੁਰਖ ਵਿਆਪਿਆ ਹੋਇਆ ਦਿਸਦਾ ਵੀ ਉਹਦੀ ਰਚਨਾ ਹੈ। ਜਿਨ ਜਾਤਾ ਤਿਸ ਕੀ ਇਹ ਰਹਿਤ, ਇਹ ਉੱਪਰ ਵਾਲੀ ਜਿੰਨੀ ਅਵਸਥਾ ਇਸ 23 ਨੰਬਰ ਅਸ਼ਟਪਦੀ ਵਿੱਚ ਕਹੀ ਗਈ ਹੈ, ਇਹ ਜਿਨ੍ਹਾਂ ਨੇ ਉਹਨੂੰ ਜਾਤਾ ਪਹਿਚਾਣ ਲਿਆ ਹੈ, ਇਹ ਉਹਨਾਂ ਦੀ ਰਹਿਣੀ ਹੈ, ਉਹਨਾਂ ਦੀ ਰਹਿਤ, ਉਹਨਾਂ ਦੀ ਅਵਸਥਾ ਹੈ, ਆਮ ਆਦਮੀ ਦੀ ਅਵਸਥਾ ਨਹੀਂ। ਕਹਿੰਦੇ ਸਤ ਬਚਨ ਸਾਧੂ ਸਭ ਕਹਿਤ, ਜਿੰਨੇ ਵੀ ਸਾਧੂ ਹਨ, ਜਿੰਨੇ ਵੀ ਗੁਰਮੁਖ ਹਨ, ਉਹ ਸਚਿਆਈ ਨਾਲ ਭਰਪੂਰ ਬਚਨ ਕਹਿੰਦੇ ਹਨ, ਉਹਨਾਂ ਦੀ ਰਸਨਾ 'ਤੇ ਸੱਚ ਜਿਹੜਾ ਹੈ ਬਿਰਾਜਮਾਨ ਹੈ।
ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਉਹ ਸੱਤ ਬਚਨ ਹੀ ਹੁੰਦੇ ਹਨ, ਔਰ ਜੋ ਕੁਝ ਜੀਵਨ ਵਿੱਚ ਵਰਤ ਰਿਹਾ ਉਹਨੂੰ ਸੁਖ ਕਰਕੇ ਪ੍ਰਵਾਨ ਕਰ ਲੈਂਦੇ ਹਨ, ਮੰਨ ਲੈਂਦੇ ਹਨ। ਕਹਿੰਦੇ ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਐਸੇ ਗੁਰਮੁਖਾਂ ਦੇ ਜੀਵਨ ਦੀ ਦਸ਼ਾ ਐਸੀ ਹੈ ਕਿ ਉਹਨਾਂ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ 'ਤੇ ਇੱਕ ਪ੍ਰਗਟ ਹੋ ਜਾਂਦਾ ਹੈ। ਇੱਕ ਦੀ ਜਿਹੜੀ ਹੈ ਜੋਤ ਪ੍ਰਗਟ ਹੋ ਜਾਂਦੀ, ਇੱਕ ਦੇ ਉਹਨਾਂ ਨੂੰ ਦੀਦਾਰ ਹੁੰਦੇ ਨੇ, ਉਹਨਾਂ ਦੇ ਦਰਸ਼ਨ ਕਰਕੇ ਉਹ ਮੋਹੇ ਜਾਂਦੇ ਹਨ, ਉਹਦੇ ਪਿਆਰ ਵਿੱਚ ਖਿੱਚੇ ਜਾਂਦੇ ਹਨ। ਆਓ ਇੱਕ ਦੋ ਮਿੰਟ ਵਾਸਤੇ ਆਪਾਂ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਪਿਆਰ ਸਹਿਤ ਇਕਾਗਰ ਚਿੱਤ ਹੋ ਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।